ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ। ਖਾਸ ਮੁਲਾਕਾਤ ਪਦਮ ਸ਼੍ਰੀ ਅਵਾਰਡੀ ਡਾਕਟਰ ਸੁਰਜੀਤ ਪਾਤਰ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ HMVNCVP ਚੈਨਲ। ਮੈਂ ਤੁਹਾਡੇ ਨਾਲ ਰੀਆ ਖੁਰਾਨਾ ਅਤੇ ਅੱਜ ਸਾਡੇ ਨਾਲ ਜੁੜੇ ਨੇ ਪੰਜਾਬੀ ਅਤੇ ਪੰਜਾਬੀਅਤ ਨੂੰ ਪੂਰੇ ਵਿਸ਼ਵ ਵਿੱਚ ਵੱਖਰੀ ਪਛਾਣ ਦਿਵਾਉਣ ਵਾਲੇ ਰਾਈਟਰ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਡਾਕਟਰ ਸੁਰਜੀਤ ਪਾਤਰ ਜੀ ਦੀ। ਸਤਿ ਸ਼੍ਰੀ ਅਕਾਲ ਸਰ, ਨਿੱਘਾ ਸਵਾਗਤ ਹੈ ਸਾਡਾ ਇੰਸਟੀਟਿਊਸ਼ਨ ਦੇ ਵਿੱਚ। ਬਹੁਤ ਸ਼ੁਕਰੀਆ ਰੀਆ, ਤੁਹਾਡਾ ਨਾਮ। ਹਾਂਜੀ, ਖੁਸ਼ੀ ਰਹੋ। ਸਰ, ਅਸੀਂ ਜੋ ਤੁਹਾਡੇ ਬਾਰੇ ਪੜ੍ਹਦੇ ਹਾਂ, ਬਹੁਤ ਸਾਰੀਆਂ ਤੁਹਾਡੀਆਂ ਇਹੋ ਜਿਹੀਆਂ ਕਵਿਤਾਵਾਂ ਨੇ ਜੋ ਸਾਡੇ ਬਿਲਕੁਲ ਜੀਵਨ ਦੇ ਨਾਲ ਹੀ ਸੰਬੰਧਿਤ ਨੇ। ਇੱਕ ਤੁਹਾਡੀ ਕਵਿਤਾ ਹੈ ਕਿ ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ, ਸਿਰ ਤੋਂ ਵਾਰੋ, ਵਾਰ ਕੇ ਅੱਗ 'ਚ ਸਾੜੋ, ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ। ਸਰ, ਜਦੋਂ ਲਾਈਨਸ ਅਸੀਂ ਪੜ੍ਹਦੇ ਹਾਂ, ਸਾਨੂੰ ਲੱਗਦਾ ਕਿ ਬਿਲਕੁਲ ਪੰਜਾਬ ਨੂੰ ਇੱਕ ਸ਼ੀਸ਼ਾ ਵਿਖਾ ਦਿੱਤਾ ਇਹਨਾਂ ਲਾਈਨਸ ਨੇ। ਅਤੇ ਮੈਂ ਪੁੱਛਣਾ ਚਾਹੂੰਗੀ ਕਿ ਅੱਜ ਕੱਲ੍ਹ ਦੀ ਅਤੇ ਸਾਡੀ ਨੌਜਵਾਨ ਪੀੜ੍ਹੀ ਹੀ ਇੱਦਾਂ ਦੀ ਹੋ ਗਈ ਹੈ ਜਿਹਨੇ ਆਪਣੇ ਵਿਰਸਾ, ਆਪਣੀ ਮਾਂ ਬੋਲੀ, ਇੱਥੋਂ ਤੱਕ ਕਿ ਆਪਣੇ ਮਾਂ ਪਿਓ ਸਾਰਿਆਂ ਨੂੰ ਵਿਸਾਰ ਦਿੱਤਾ ਹੈ, ਤਾਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹਦੇ ਸਿਰਿਆਂ ਬੱਚਿਆਂ ਦਾ ਬਹੁਤਾ ਕਸੂਰ ਨਹੀਂ ਹੈ, ਜਾਣ ਵਾਲਿਆਂ ਦਾ ਇੰਨਾ ਕਸੂਰ ਨਹੀਂ ਹੈ। ਗੱਲ ਇਹ ਹੋ ਕਿ ਸਾਡੀ ਧਰਤੀ, ਸਾਡੇ ਨੇਤਾਵਾਂ ਨੇ, ਸਾਡੇ ਅਫਸਰਾਂ ਨੇ, ਉਹਨਾਂ ਦੀ ਬਦਧਿਆਨਤੀ ਨੇ, ਉਹਨਾਂ ਦੇ ਭ੍ਰਿਸ਼ਟਾਚਾਰ ਨੇ ਇਸ ਧਰਤੀ ਨੂੰ ਇੱਦਾਂ ਦੀ ਬਣਾ ਦਿੱਤਾ ਕਿ ਇਹ ਧਰਤੀ ਅਤੇ ਬੱਚਿਆਂ ਦਾ ਭਵਿੱਖ ਬਹੁਤ ਧੁੰਦਲਾ ਨਜ਼ਰ ਆ ਰਿਹਾ। ਉਹਨਾਂ ਨੂੰ ਨੌਕਰੀਆਂ ਦੀ, ਉਹਨਾਂ ਨੂੰ ਆਪਣੇ ਭਵਿੱਖ ਦੀ ਕੁਛ ਸਮਝੋ ਕਿ ਆਸ ਨਹੀਂ ਹੈ। ਸੋ ਉਸ ਜਿਹੜੀ ਨਿਰਾਸ਼ਾ ਜਾਂ ਉਸ ਨਾ ਉਮੀਦੀ ਵਿੱਚੋਂ ਬਹੁਤੇ ਬੱਚੇ ਜਾ ਰਹੇ ਬਾਹਰ, ਕੁਛ ਠੀਕ ਹੈ ਸ਼ੌਕ ਨਾਲ ਵੀ ਜਾ ਰਹੇ ਹੋਣਗੇ, ਜਿਹੜੇ ਅੱਛੇ ਪਰ ਫੈਸ਼ਨ ਵਜੋਂ ਵੀ ਜਾ ਰਹੇ ਹੋਣਗੇ, ਪਰ ਬਹੁਤ ਮਾਪਿਆਂ ਦੇ ਮਨਾਂ ਵਿੱਚ ਵੀ ਇਹ ਹੋ ਗਿਆ ਕਿ ਇੱਥੇ ਕੁਛ ਨਹੀਂ ਹੋਣ, ਜਾਂ ਇਹਦਾ ਕਿ ਸਾਡੇ ਬੱਚੇ ਨਸ਼ਿਆਂ ਵਿੱਚ ਨਾ ਲੱਗ ਜਾਣ, ਜਾਂ ਇੱਕ ਪੂਰਾ ਮਾਹੌਲ ਹੈ। ਸੋ ਮੈਂ ਕਦੇ ਲਿਖਿਆ ਸੀਗਾ ਕਿ ਇੱਥੋਂ ਕੁੱਲ ਪਰਿੰਦੇ ਹੀ ਉੜ ਗਏ, ਇੱਥੇ ਮੇਘ ਆਉਂਦੇ ਵੀ ਮੁੜ ਗਏ, ਇੱਥੇ ਕਰਨ ਅੱਜ ਕੱਲ੍ਹ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਹੂਰ। ਇਸ ਧਰਤੀ ਦੀ ਉਹ ਮਸਲਾ ਜੀ, ਬਿਲਕੁਲ ਸਰ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਅਤੇ ਸਰ, ਕੁਦਰਤ ਦੀ ਹਰ ਇੱਕ ਇਨਸਾਨ ਨੂੰ ਬਖਸ਼ਿਸ਼ ਹੁੰਦੀ ਹੈ, ਕੁਦਰਤ ਨੇ ਹਰ ਇੱਕ ਇਨਸਾਨ ਨੂੰ ਕਿਸੇ ਨਾ ਕਿਸੇ ਕਾਬੀਅਤ ਨਾਲ, ਕਿਸੇ ਨਾ ਕਿਸੇ ਗੁਣ ਨਾਲ ਨਵਾਜ਼ਿਆ ਹੁੰਦਾ ਹੈ, ਪਰ ਉਸ ਗੁਣ ਨੂੰ ਪਛਾਣ ਕੇ ਉਸ 'ਤੇ ਕੰਮ ਕਰਕੇ ਉਸਨੂੰ ਇੱਕ ਮੁਕਾਮ 'ਤੇ ਲੈ ਕੇ ਆਉਣਾ, ਇਸ ਸਭ ਦੇ ਵਿੱਚ ਇੱਕ ਗੁਰੂ ਦੀ ਬਹੁਤ ਅਹਿਮੀਅਤ ਰਹਿੰਦੀ ਹੈ, ਤਾਂ ਤੁਹਾਡੇ ਜੀਵਨ ਦੇ ਵਿੱਚ ਇੱਕ ਗੁਰੂ ਦੀ ਕੀ ਅਹਿਮੀਅਤ ਰਹੀ ਹੈ? ਮੈਂ ਕਹਿੰਦਾ ਹੁੰਦਾ ਕਿ ਮੇਰੀ ਯਾਦ ਹੀ ਮੇਰੀ ਉਸਤਾਦ ਹੈ। ਮੈਂ ਕਿਸ ਤਰ੍ਹਾਂ ਕਹਿੰਦਾ ਕਿ ਮੈਨੂੰ ਇੱਦਾਂ ਕੋਈ ਗੁਰੂ ਮੇਰਾ ਸਮਝੋ ਕਿ ਇੱਕ ਮੈਂ ਕਹਿਣਾ ਹੋਏ ਕੋਈ ਇੱਕ ਵਿਅਕਤੀ ਨਹੀਂ ਆ। ਉਂਝ ਠੀਕ ਹੈ, ਜਦੋਂ ਮੈਨੂੰ ਮੈਂ ਪ੍ਰਾਇਮਰੀ 'ਚ ਪੜ੍ਹਦਾ ਸੀ, ਇੱਕ ਅਧਿਆਪਕ ਸਾਨੂੰ ਬਹੁਤ ਪ੍ਰੇਰਦੇ ਸੀ, ਆਓ ਆਪਾਂ ਗੁਰਪੁਰਬ 'ਤੇ ਗਾਉਂਦੇ ਹਾਂ, ਉਹਨਾਂ ਹਾਰਮੋਨੀਅਮ ਵਜਾਉਣਾ ਅਸੀਂ ਗਾਉਣਾ, ਜਾਂ ਮੈਨੂੰ ਕਾਲਜ ਜਾ ਕੇ ਸੁਰਜੀਤ ਸਿੰਘ ਸੇਠੀ ਉਹਨਾਂ ਦੀ ਜੀਵਨ ਸਾਥਣ ਸੀ ਅਰਪਣ, ਉਹ ਮਿਲੇ, ਜਾਂ ਮੈਨੂੰ ਬਹੁਤ ਪਿਆਰ ਕੀਤਾ, ਬਹੁਤ ਹੌਸਲਾ ਅਤੇ ਬਹੁਤ ਉਤਸ਼ਾਹ ਦਿੰਦੇ, ਉਹਨਾਂ ਨੇ ਮੇਰੀ ਜ਼ਿੰਦਗੀ ਬਹੁਤ ਵੱਡਾ ਰੋਲ ਅਦਾ ਕੀਤਾ। ਸੋ ਪਰ ਬਹੁਤੀ ਗੱਲ ਇਹ ਹੈ ਕਿ ਮੈਂ ਕਿਤਾਬਾਂ ਪੜ੍ਹ ਕੇ, ਉਹ ਜ਼ਿੰਦਗੀ ਨੂੰ ਦੇਖ ਕੇ, ਲੋਕਾਂ ਨੂੰ ਮਿਲ ਕੇ ਬਹੁਤ ਕੁਛ ਸਿੱਖਿਆ, ਜਿਵੇਂ ਇੱਥੇ ਕਿ ਜਿਹੜੀ ਕਵਿਤਾ ਦੀ ਬਹਿ ਬਦਨ ਸੀ ਉਹ ਵੀ ਮੈਂ ਇੱਦਾਂ ਹੀ ਸਿੱਖੀ, ਕਿ ਮੈਂ ਪੜ੍ਹਦਾ ਰਿਹਾ ਬਹੁਤ ਸਾਰੀਆਂ ਗਜ਼ਲਾਂ, ਅਤੇ ਉਹ ਮੇਰੇ ਅੰਦਰ ਉਹਨਾਂ ਦੇ ਮਾਡਲਸ ਬੈਠ ਗਏ। ਸਰ, ਜਿਵੇਂ ਕਿ ਤੁਸੀਂ ਅੱਜ ਧੀਆਂ ਦੇ ਕੋਲੇਜ ਆਏ ਹੋ, HMV ਕੋਲੇਜ ਧੀਆਂ ਦਾ ਕੋਲੇਜ ਕਿਹਾ ਜਾਂਦਾ ਹੈ, ਸਰ ਸਾਨੂੰ ਕੀ ਸੰਦੇਸ਼ ਦੇ ਕੇ ਜਾਣਾ ਚਾਹੁੰਦੇ ਤੁਸੀਂ? ਦੇਖੋ, ਇੱਕ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਆ ਕਿ ਅੱਜ ਕੱਲ੍ਹ ਹਰ ਖੇਤਰ 'ਚ ਧੀਆਂ ਅੱਗੇ ਜਾ ਰਿਹਾ, ਹੈ ਨਾ, ਪੜ੍ਹਾਈ 'ਚ, ਔਰ ਸਮਝ ਲਓ ਕਿ ਇੱਕ ਜਿਹੜਾ ਉਹਨਾਂ ਦਾ ਆਤਮ ਵਿਸ਼ਵਾਸ ਵੀ, ਔਰ ਇੱਕ ਵਿਵਹਾਰ ਵੀ, ਕਿ ਜਿਹੜਾ ਸਮੁੱਚਾ ਵਿਵਹਾਰ ਹੈ ਨਾ, ਕਿ ਆਪ ਕੀ ਜਿਹੜਾ ਸਾਡੇ ਨੌਜਵਾਨ ਇੱਕੋ ਜਿਹਾ ਵਿਵਹਾਰ, ਅਸੀਂ ਇੱਦਾਂ ਹੀ ਜਿਹੜੇ ਸਾਡੀਆਂ ਧੀਆਂ ਦਾ ਵਿਵਹਾਰ ਆ ਉਹ ਸਾਨੂੰ ਬਹੁਤ ਆਸ ਵਧਾਉਂਦਾ ਕਿ ਇਹੋ ਜਿਵੇਂ ਜਿਹੋ ਜਿਹਾ ਵੀ ਅਸੀਂ ਮੁਲਕ ਦੇ ਰਹੇ ਹਾਂ, ਇਸ ਦੇਸ਼ ਨੂੰ ਇਹ ਤੋਂ ਬਿਹਤਰ ਬਣਾਉਣਗੀਆਂ, ਯਾਨੀ ਮੇਰੀ ਮੈਨੂੰ ਇਹ ਆਸ, ਮੈਨੂੰ ਇੰਟੂਸ਼ਨ ਹੁੰਦੀ ਹੈ, ਮਤਲਬ ਕਿ ਇਹ ਕੋਮਲਤਾ ਤਾਂ ਹੈ ਪਰ ਕਮਜ਼ੋਰੀ ਨਹੀਂ ਹੈ, ਵੀ ਉਹ ਪੂਰੇ ਆਤਮ ਵਿਸ਼ਵਾਸ ਦੀਆਂ ਭਰੀਆਂ ਹੋਈਆਂ ਵੀ ਆ, ਅਤੇ ਉਹਨਾਂ ਦੇ ਜਿਹੜੇ ਸੰਵੇਦਨਾ ਆ ਉਹ 'ਚ ਇੱਕ ਕੋਮਲਤਾ ਵੀ ਆ, ਅਤੇ ਆਪਣੇ ਨਿਸ਼ਾਨੇ ਦੀ ਵੀ ਉਹਨੂੰ ਪੂਰਾ ਪਤਾ ਕਿ ਮੇਰਾ ਆਹ ਨਿਸ਼ਾਨਾ। ਤੋ ਸਿੱਖਿਆ ਤਾਂ ਮੈਂ ਬੱਚਿਆਂ ਨੂੰ ਇਹੀ ਕਹਿੰਦਾ ਕਿ ਬਸ ਜਿਹੜਾ ਤੁਹਾਡਾ ਸਮਾਂ ਹੋ ਗਿਆ, ਕਿ ਸਮਾਂ ਸਭ ਤੋਂ ਵੱਡੀ ਦੌਲਤ ਹੈ, ਇਹ ਤੁਹਾਨੂੰ ਕਿ ਮੈਂ ਉਹਨਾਂ ਲੋਕਾਂ ਨਾਲ ਹੀ ਰਹਾਂ ਜਿਹੜੀ ਮੇਰੀ ਬਿਰਤੀ ਨੂੰ ਇਕਾਗਰ ਕਰਨ 'ਚ ਸਹਾਇਕ ਹੈ, ਹੈ ਨਾ। ਆਪਾਂ ਜਦੋਂ ਕਹਿੰਦੇ ਅਰਦਾਸ ਕਹਿੰਦੇ ਵੀ ਸਾਨੂੰ ਸਹੀ ਗੁਰਮੁਖ ਪਿਆਰੇ ਮਿਲਣੀ, ਜਿਹਨਾਂ ਮਿਲਿਆ ਤੇਰਾ ਆਮ ਚਿੱਤਾ, ਵੀ ਅਸੀਂ ਅਰਦਾਸ ਕਰਦੇ ਕਿ ਮੈਨੂੰ ਅੱਜ ਕੋਈ ਚੰਗਾ ਹੀ ਬੰਦਾ ਮਿਲੇ, ਕਿ ਜਿਹਨੂੰ ਮਿਲ ਕੇ ਮੈਨੂੰ ਉਤਸ਼ਾਹ ਮਿਲੇ, ਜਾਂ ਮੈਂ ਬੇਸੁਰਾ ਨਾ ਹੋਵਾਂ,
कि मैं कहूँ कि किताबा पढ़ने वाला बंदा एक जन्म से कई जन्म जी जी बिल्कुल सर साढ़े लिए बहुत ही माण वाली गल है कि तुम अभी कॉलेज आए सू अपनी असीसा दीदी असं इन ही उम्मीद करते हैं कि तुम साढ़े कॉलेज आते रहो सू तो बहुत कुछ सीखने मिलता रहे बहुत बहुत धन्यवाद सर बहुत वीडियो कॉलेज भी हमेशा बड़ा मैं प्रेरणा दिता मतलब मैं कहना भी महाविद्यालय महाविद्यालय बहुत बहुत शुक्रिया सर सो इस दे नाल ही मैनू दिओ इजाजत तुसीं वेखदे रहो HMBMC TV चैनल धन्यवाद।